ब्रेक तो बाद स्वागत है जी विचार वटांदरा अज नवजोत सिंह सिद्धू ते उन्हां दी चफ्फी ते पाकिस्तान दे विच जद ओह पहुंचे सीगे सहुं चुक समागम इमरान खान दे तां उस तों बाद जिहड़ी सियासत भगती जा रही है उन्हों लैके अज असीं विचार वटांदरा कर रहे हां। श्रोमणी अकाली दल भी अपने तर्क देंदे होए अपने प्रतिक्रम देंदे होए नज़र आ रही है। सुखपाल खहरा आम आदमी पार्टी दे बुलारे वह भी अपने तर्क देंदे होए प्रतिक्रम देंदे हुए नज़र आ रहे ने। सिमरजीत सिंह बेंस लोक इंसाफ पार्टी दे वह भी अपने तर्क अपने प्रतिक्रम देंदे हुए नज़र आ रहे ने। तां बीजेपी जिहड़ी आ पंजाब दी वह भी कहंदी हुई नज़र आ रही है। आखिरकार इस लोग की कह रहे ने इस जफ्फी नू किस तरीके नाल वेख रहे ने एक बारी उन्हां नू भी सुन लैने आ। सिद्धू दी जफ्फी ते पंजाब दी सियासत गरमाउंदी जा रही है पर हमेशा कैप्टन दे खिलाफ सुर चुकण वाले अकाली दल दे सुर हुण कैप्टन दे नाल मिलदे नजर आ रहे ने। अकाली दल दे प्रधान सुखबीर बादल ने भी कैप्टन दी बोली बोलदियां सिद्धू दी पाक फौज मुखी नाल जफ्फी नू गलत करार दिता। उधर बीजेपी भी लगातार सिद्धू दा विरोध कर रही है। जिथे सिद्धू दा विरोध हो रहा है उथे सिद्धू नू विरोधियों दी हमायत मिल रही है। सुखपाल खहरा ते सिमरजीत बैंस ने सिद्धू दे हक च नितरदियां जफ्फी पाउण नू जायज करार दिता। ਪੰਜਾਬੀ ਮੁਹਾਵਰਾ ਹੈ ਭੈੜੇ ਭੈੜੇ ਯਾਰ ਮੇਰੀ ਫੱਤੋ ਦੇ। ਪਾਕਿਸਤਾਨੀ ਆਤੰਕਵਾਦੀਆਂ ਦੇ ਸਰਦਾਰ ਸਿੱਧੂ ਦੇ ਯਾਰ ਮੈਂ ਸਮਝਣਾ ਦੇ ਸਭ ਕੁਝ ਆ ਗਿਆ ਸੀ। ਮੈਂ ਕਹਿਣਾ ਚਾਹੁੰਦਾ ਕਿ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਹੀ ਗੱਲ ਕਹੀ ਹੈ, ਮੈਂ ਵੀ ਕਹਿਣਾ ਚਾਹੁੰਦਾ ਕਿ ਜਨਰਲ ਬਾਜਵਾ ਜਿਹੜਾ ਹੈ ਉਹ ਆਪਣੇ ਦੇਸ਼ ਦਾ ਦੁਸ਼ਮਣ ਹੈ, ਕਿਉਂਕਿ ਜਿੰਨੀ ਪੰਜਾਬ ਵਿੱਚ ਅਤਵਾਦ ਹੈ, ਜਿੰਨਾ ਜੰਮੂ ਕਸ਼ਮੀਰ 'ਚ ਅਤਵਾਦ ਹੈ, ਜਿਵੇਂ ਆਪਣੇ ਬੰਦੇ ਫੌਜੀ ਸ਼ਹੀਦ ਹੋ ਰਹੇ ਹੈ, ਸਾਰਾ ਜਨਰਲ ਬਾਜਵਾ ਦੇ ਕਹਿਣ 'ਤੇ ਹੋ ਰਿਹਾ। ਉੱਥੇ ISI ਜ਼ਿਆਦਾ ਭਾਰੂ ਹੈ ਅਤੇ ਸਿੱਧੂ ਸਾਹਿਬ ਨੂੰ ਉਹਨੂੰ ਜੱਫੀ ਪਾਉਣੀ ਮੈਂ ਕਹਿੰਦਾ ਉਹਨੂੰ ਸ਼ਰਮ ਹੋਣੀ ਚਾਹੀਦੀ। ਮੈਂ ਤੈਨੂੰ ਉਹੀ ਕਹਿੰਦਾ ਸਿੱਧੂ ਥੋੜ੍ਹਾ ਮੈਂਟਲ ਜਿਹਾ ਬੰਦਾ, ਇਹਨੂੰ ਪਤਾ ਹੀ ਨਹੀਂ ਕਿ ਕਿਹੜਾ ਕੰਮ ਕਰਨ ਵਾਲਾ ਕਿਹੜਾ ਨਹੀਂ ਕਰਨਾ। ਇਹ ਕਿੱਡਾ ਕੁ ਵੱਡਾ ਉਹਨਾਂ ਨੇ ਗੁਨਾਹ ਕਰ ਦਿੱਤਾ ਜੀ। ਪੰਜਾਬੀਆਂ ਦੀ ਫਿਤਰਤ ਆ ਦੈਟ ਵੀ ਮੀਟ ਵੈਰੀ ਵੈਰੀ ਵਾਰਮਲੀ, ਜੱਫੀਆਂ ਪਾ ਕੇ ਘਰਾਂ ਵਿੱਚ ਆਪਣੇ ਮਹਿਮਾਨ ਨੂੰ ਤਾਂ ਅਸੀਂ ਇੱਕ ਕਿਸਮ ਦਾ ਭਗਵਾਨ ਸਮਝਦੇ ਸਾਰੇ, ਸਾਡਾ ਕਲਚਰ ਆ। ਇਸ ਲਈ ਮੈਂ ਸਮਝਦਾ ਕਿ ਇਸ ਨੂੰ ਐਵੇਂ ਜਾਣ ਬੁੱਝ ਕੇ ਉਛਾਲਿਆ ਜਾ ਰਿਹਾ ਵਾ। ਮੋਦੀ ਸਾਹਿਬ ਜੱਫੀ ਪਾ ਲੈਣ 'ਤੇ ਕੋਈ ਗੁਨਾਹ ਨਹੀਂ ਗਾ, ਅਤੇ ਇੱਕ ਪੰਜਾਬ ਦਾ ਆਗੂ ਜਾ ਕੇ ਪਾਕਿਸਤਾਨ ਵਿੱਚ ਕਰ ਲਏ ਜੱਫੀ ਪਾ ਲਏ ਤਾਂ ਉਹ ਗੁਨਾਹ ਬਣ ਜਾਂਦਾ। ਮੈਂ ਹੈਰਾਨ ਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਅੱਜ ਇੱਕ ਛੋਟਾ ਜਿਹਾ ਡੱਬੀ ਮਾਰ ਕੇ ਅਖਬਾਰਾਂ ਦੇ ਵਿੱਚ ਬਿਆਨ ਲਿਖਿਆ ਕਿ ਹਾਂ ਜੱਫੀ ਪਾਉਣੀ ਨਹੀਂ ਸੀ। ਜਿਹਦੀ ਛੱਜ ਤਾਂ ਬੋਲੇ, ਛਾਣਨੀ ਕੀ ਬੋਲੇ, ਕੈਪਟਨ ਅਮਰਿੰਦਰ ਸਿੰਘ ਵੀ ਬੋਲ ਪਏ, ਬਰਖਿਲਾਫ ਬੋਲ ਪਏ, ਕੈਪਟਨ ਨਹੀਂ ਬੋਲਿਆ, ਤੂੰ ਨਹੀਂ ਬੋਲਦੀ ਰਕਾਨੇ, ਤੂੰ ਨਹੀਂ ਬੋਲਦੀ, ਤੇਰਾ ਯਾਰ ਬੋਲਦਾ। ਇਹ ਕੈਪਟਨ ਸਾਹਿਬ ਨਹੀਂ ਬੋਲੇ, ਇਹ ਕਾਂਗਰਸ ਦੇ ਅੰਦਰ ਜਿਹੜਾ ਇੱਕ ਅੱਛੇ ਲੋਕਾਂ ਦਾ ਧੜਾ ਬਣਿਆ ਹੋਇਆ ਨਾ, ਉਹ ਧੜਾ ਅੱਜ ਜਿਹੜੇ ਮਾਫੀਆ ਨਾਲ ਜੁੜੇ ਹੋਏ ਲੋਕ ਆ ਕਾਂਗਰਸ ਦੇ ਅੰਦਰ, ਉਹਨਾਂ ਨੂੰ ਬੜਾ ਵਿਓ ਵਰਗਾ ਲੱਗ ਰਿਹਾ। ਸੋ ਅੱਜ ਕੈਪਟਨ ਅਮਰਿੰਦਰ ਸਿੰਘ ਸਿੱਧੂ ਦੇ ਬਰਖਿਲਾਫ ਨਹੀਂ ਬੋਲੇ, ਜਿਹੜੀ ਕਾਂਗਰਸ ਦੇ ਅੰਦਰ ਮਾਫੀਆ ਤੇ ਇਮਾਨਦਾਰ ਲੋਕਾਂ ਦੀ ਗੁੱਟਬੰਦੀ ਬਣੀ ਹੋਈ ਆ। ਗੌਰਤਲਬ ਹੈ ਕਿ ਨਵਜੋਤ ਸਿੱਧੂ ਵੱਲੋਂ ਪਾਕਿਸਤਾਨ ਦੇ ਫੌਜ ਮੁਖੀ ਨੂੰ ਜੱਫੀ ਪਾਏ ਜਾਣ ਦਾ ਮੁੱਦਾ ਕੌਮਾਂਤਰੀ ਪੱਧਰ ਦਾ ਮੁੱਦਾ ਬਣ ਗਿਆ ਹੈ ਤੇ ਬੀਜੇਪੀ ਵਾਲੇ ਜਿੱਥੇ ਸਿੱਧੂ ਦੀ ਇਸ ਗਲਵਕੜੀ ਤੇ ਸਵਾਲ ਚੁੱਕ ਰਹੇ ਨੇ ਤਾਂ ਉਧਰ ਕਾਂਗਰਸੀ ਆਗੂ ਮੋਦੀ ਦੀ ਪਾਕਿਸਤਾਨ ਫੇਰੀ ਨੂੰ ਲੈ ਕੇ ਨਿਸ਼ਾਨਾ ਸਾਧ ਰਹੇ ਨੇ। ਨਿਊਜ਼ ਡੈਸਕ ਰਿਪੋਰਟ, ਜਸ ਟੀਵੀ। ਮੈਂ ਦਰਸ਼ਕਾਂ ਨੂੰ ਇੱਥੇ ਇੱਕ ਜਾਣਕਾਰੀ ਹੋਰ ਵੀ ਦੇ ਦੇਵਾਂ ਕਿ ਇੰਨਾ ਹੀ ਨਹੀਂ ਸਿੱਧੂ ਦੇ ਉੱਤੇ ਕੇਸ ਵੀ ਫਾਈਲ ਹੋ ਚੁੱਕਿਆ ਹੈ ਬਿਹਾਰ ਦੀ ਕੋਰਟ ਦੇ ਵਿੱਚ, ਜਿੱਥੇ ਉਹਨਾਂ ਦੇ ਉੱਤੇ ਚਾਰਜਸ ਲਾਏ ਗਏ ਨੇ ਦੇਸ਼ ਦਰੋਹ ਦੇ। ਓਜਾ ਨੇ ਜੋ ਕਿ ਜਿਨ੍ਹਾਂ ਨੇ ਪਟੀਸ਼ਨ ਹੈ ਦਾਖਿਲ ਕੀਤੀ ਹੈ ਬਿਹਾਰ ਦੇ ਵਿੱਚ, ਅਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਜੱਫੀ ਪਾਈ ਹੈ ਸਿੱਧੂ ਨੇ ਇਹ ਸੰਕੇਤ ਦਿੰਦੀ ਹੈ ਦੇਸ਼ ਦਰੋਹ ਦੇ। ਅਤੇ ਅੱਜ ਇਸੇ ਨੂੰ ਲੈ ਕੇ ਅਸੀਂ ਵਿਚਾਰ ਵਟਾਂਦਰਾ ਕਰਾਂਗੇ ਅਤੇ ਮੈਂ ਤੁਹਾਡੇ ਵੀ ਵਿਚਾਰ ਜ਼ਰੂਰ ਜਾਣਨਾ ਚਾਹਾਂਗਾ, ਸੁਜੈਸ਼ਨਸ ਜਾਣਨਾ ਚਾਹਾਂਗਾ ਕਿ ਇੰਡੋ ਪਾਕ ਰਿਲੇਸ਼ਨਸ ਨੂੰ ਲੈ ਕੇ ਇਸ ਦੇ ਉੱਤੇ ਮਾੜਾ ਅਸਰ ਪੈ ਸਕਦਾ ਹੈ, ਜਾਂ ਫਿਰ ਜਿਹੜੀ ਗੱਲ ਨਵਜੋਤ ਸਿੰਘ ਸਿੱਧੂ ਕਹਿ ਰਹੇ ਨੇ ਕਿ ਮੈਂ ਬਤੌਰ ਆਪਣੇ ਦੋਸਤ ਦਾ ਮੈਨੂੰ ਨਿਯੋਤਾ ਆਇਆ ਸੀਗਾ ਅਤੇ ਮੈਂ ਇੱਕ ਦੋਸਤ ਦੇ ਖਾਤਰ ਉੱਥੇ ਗਿਆ ਔਰ ਅੱਜ ਮੈਨੂੰ ਫਰਕ ਮਾਣ ਮਹਿਸੂਸ ਹੁੰਦਾ ਕਿ ਮੇਰਾ ਦੋਸਤ ਜਿਹੜਾ ਜੋ ਕਿ ਮੇਰੇ ਨਾਲ ਖੇਡਿਆ, ਅਸੀਂ ਆਪਣੀ ਸ਼ੁਰੂਆਤ ਸਿਆਸੀ ਪਿੱਚ ਤੋਂ ਨਹੀਂ ਬਲਕਿ ਕ੍ਰਿਕਟ ਦੀ ਪਿੱਚ ਤੋਂ ਕੀਤੀ ਸੀਗੀ ਅਤੇ ਅੱਜ ਉਹ ਸਿਆਸੀ ਪਿੱਚ ਦੇ ਵਿੱਚ ਅਤੇ ਮੈਂ ਸਿਆਸੀ ਪਿੱਚ ਦੇ ਵਿੱਚ ਹਾਂ,
ਉਹ ਤਸਵੀਰ ਦੂਸਰੀ ਹੋ ਸਕਦੀ ਹੈ, ਲੇਕਿਨ ਸ਼ੁਰੂਆਤ ਜਿੱਥੇ ਸਾਡੀ ਹੋਈ ਸੀਗੀ ਇੱਕ ਦੋਸਤੀ ਦੇ ਨਾਂ ਤੋਂ ਹੋਈ ਸੀਗੀ। ਅੱਜ ਉਹਨਾਂ ਨੂੰ ਮਾਣ ਮਹਿਸੂਸ ਹੁੰਦਾ ਕਿ ਉਹਨਾਂ ਦਾ ਦੋਸਤ ਗੁਆਂਢੀ ਮੁਲਕ ਦਾ ਪ੍ਰਧਾਨ ਮੰਤਰੀ ਬਣ ਚੁੱਕਿਆ। ਅਤੇ ਇਹ ਗੱਲਾਂ ਉਹਨਾਂ ਦੇ ਤਰਕ ਨੇ ਜੋ ਕਿ ਸਾਹਮਣੇ ਆ ਰਹੇ ਨੇ, ਲੇਕਿਨ ਹੁਣ ਜਿਹੜੀ ਸਿਆਸਤ ਭਗਦੀ ਜਾ ਰਹੀ ਹੈ ਉਹ ਤਸਵੀਰ ਕੁਝ ਹੋਰ ਬਿਆਨ ਕਰ ਰਹੀ ਹੈ। ਇਸ ਨੂੰ ਲੈ ਕੇ ਵਿਚਾਰ ਵਟਾਂਦਰਾ ਅਸੀਂ ਜਾਰੀ ਰੱਖਿਆ ਹੋਇਆ। ਨਵੀਨ ਸ਼ਰਮਾ ਜੀ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਆਈ ਵੁੱਡ ਲਾਈਕ ਟੂ ਨੋ ਯੂਅਰ ਓਪਨਿੰਗ ਕਮੈਂਟ ਫਸਟ। ਦੇਖੋ, ਜਦੋਂ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਜਾ ਰਹੇ ਸੀਗੇ, ਇਹਨਾਂ ਨੂੰ ਇਨਵਾਈਟ ਆਇਆ, ਇਹਨਾਂ ਨੇ ਕਿਹਾ ਮੈਂ ਜਾਵਾਂਗਾ, ਉਦੋਂ ਤੋਂ ਹੀ ਲੱਗ ਰਿਹਾ ਸੀ ਕਿ ਇਸ ਵਿਜ਼ਿਟ ਨੂੰ ਲੈ ਕੇ, ਉਹਨਾਂ ਦੀ ਇਸ ਫੇਰੀ ਨੂੰ ਲੈ ਕੇ ਕੋਈ ਨਾ ਕੋਈ ਕੰਟਰੋਵਰਸੀ ਜ਼ਰੂਰ ਹੋਏਗੀ ਐਂਡ ਪੀਪਲ ਵਰ ਐਕਸਪੈਕਟਿੰਗ ਦਿਸ, ਔਰ ਉਹੀ ਹੋਇਆ। ਹੁਣ ਉਹ ਕਿਸ ਸ਼ੇਪ ਦੇ ਵਿੱਚ ਕੰਟਰੋਵਰਸੀ ਹੋਣੀ ਸੀ, ਉੱਥੇ ਜਾ ਕੇ ਕੀ ਹੋਣਾ ਸੀ, ਇਟ ਵਾਜ਼ ਲਾਇੰਗ ਇਨ ਫਿਊਚਰ, ਬਟ ਉਹ ਐਗਜੈਕਟਲੀ ਹੋ ਗਿਆ। ਹੁਣ ਇਹ ਹੋਇਆ ਕਿ ਜਿਹੜਾ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਜੱਫੀ ਹੈ ਪਾਕ ਆਰਮੀ ਚੀਫ ਬਾਜਵਾ ਦੇ ਨਾਲ, ਉਹਨੂੰ ਲੈ ਕੇ ਕੰਟਰੋਵਰਸੀ ਸ਼ੁਰੂ ਹੋਈ ਹੈ। ਤਾਂ ਇੱਕ ਸਵਾਲ ਜਿਹੜਾ ਹੁਣ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਚੁੱਕਿਆ, ਉਹਨਾਂ ਨੇ ਕ੍ਰਿਟੀਸਾਈਜ਼ ਕੀਤਾ, ਉਹਨਾਂ ਨੇ ਕਿਹਾ ਕਿ ਜਦੋਂ ਵੱਡਾ ਆਰਮੀ ਅਫਸਰ ਗਲੇ ਆ ਕੇ ਮਿਲਦਾ ਹੈ, ਉਹਦੇ ਇੱਥੇ ਨਾਮ ਲਿਖਿਆ ਹੁੰਦਾ ਹੈ, ਤਾਂ ਨਵਜੋਤ ਸਿੰਘ ਸਿੱਧੂ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਹੂ ਇਜ਼ ਬਾਜਵਾ ਐਂਡ ਬਾਜਵਾ ਇਜ਼ ਵਾਟ, ਅਤੇ ਉਹ ਥੋੜ੍ਹਾ ਜਿਹਾ ਉਹਦੇ ਤੋਂ ਰੇਜ਼ ਕਰਨਾ ਚਾਹੀਦਾ ਸੀਗਾ। ਦੇਖੋ, ਜਦੋਂ ਤੁਸੀਂ ਪੋਲੀਟੀਕਲ ਲੀਡਰਸ ਨੂੰ ਮਿਲਦੇ ਹੋ, ਇਫ ਉਹ ਕਿਸੇ ਨੂੰ ਵੀ ਮਿਲਦੇ ਹੋ ਜਾ ਕੇ, ਤਾਂ ਇੰਨੀ ਕੰਟਰੋਵਰਸੀ ਨਹੀਂ ਹੋਣੀ ਸੀ। ਜੋ ਪਾਕ ਆਰਮੀ ਚੀਫ, ਪਾਕ ਆਰਮੀ ਚੀਫ ਦੀ ਤੁਸੀਂ ਸਮਝੋ ਇਮੇਜ ਸਿੱਧੀ ਸਿੱਧੀ ਇੱਕ ਉਹ ਹੋ ਜਾਂਦੀ ਹੈ ਅਲੱਗ ਪਾਕ ਪੋਲੀਟੀਸ਼ੀਅਨਸ ਤੋਂ ਅਲੱਗ। ਹੁਣ ਇਹੀ ਜੱਫੀ ਜਾ ਕੇ ਇਮਰਾਨ ਖਾਨ ਨੂੰ ਪਾਈ ਹੁੰਦੀ ਤਾਂ ਇੰਨੀ ਨਹੀਂ ਹੁੰਦਾ, ਕਿਉਂਕਿ ਉਹ ਪੁਰਾਣੇ ਦੋਸਤ ਨੇ ਜੀ, ਆਪਣਾ ਮਿਲਣ ਗਏ ਨੇ। ਬਟ ਯੂ ਥਿੰਕ ਕਿ ਜੱਫੀ ਪਾਣੀ ਆਰ ਪਾਕ ਆਰਮੀ ਚੀਫ ਨੂੰ ਦੇਸ਼ ਦਰੋ ਕਰਾਰ ਦੇਣਾ ਭਾਰਤ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ, ਇਹ ਗੱਲ ਤੁਹਾਨੂੰ ਕਿੱਥੇ ਲੱਗਦੀ? ਦੇਖੋ, ਇਟ ਇਜ਼ ਅਗੇਨ ਮੈਟਰ ਆਫ ਇਮੋਸ਼ਨਸ। ਉਹ ਹੁਣ ਹੀ ਵਿਲ ਬੀ ਜਸਟੀਫਾਈਡ ਕਿ ਆਈ ਐਮ ਏ ਪੰਜਾਬੀ, ਮੈਂ ਲੋਕਾਂ ਨੂੰ ਪੂਰੀ ਗਰਮਜੋਸ਼ੀ ਨਾਲ ਮਿਲਦਾ, ਇਸ ਉਹ ਐਨਥੂਜ਼ੀਆਜ਼ਮ ਦੇ ਵਿੱਚ ਉਹ ਫਸ ਗਏ, ਐਨਥੂਜ਼ੀਆਜ਼ਮ ਦੇ ਵਿੱਚ ਜੱਫੀ ਪਾ ਲਈ, ਮਿਲ ਲਿਆ। ਹੁਣ ਉਹ ਚੀਜ਼ ਹੈਗੀ ਕਿ ਵੰਸ ਹੀ ਇਜ਼ ਦੇਅਰ, ਇਟ ਇਜ਼ ਹਿਸ ਜੈਸਚਰ ਟੂ ਮੀਟ ਦੇਅਰ। ਉਸ ਤੋਂ ਬਾਅਦ ਇਹ ਗੱਲ ਹੋਈ ਕਿ ਤੁਸੀਂ ਜਾ ਕੇ ਉੱਥੇ ਪਾਕ ਆਕੂਪਾਈਡ ਕਸ਼ਮੀਰ ਦੇ ਜਿਹੜੇ ਨੇਤਾ ਉਹਨਾਂ ਦੇ ਨਾਲ ਕਿਉਂ ਬੈਠੇ। ਇਹਦੇ 'ਚ ਇੱਕ ਸਵਾਲ ਇਹ ਹੁੰਦਾ ਕਿ ਜਦੋਂ ਵੀ ਤੁਸੀਂ ਕਿਸੇ ਵੱਡੇ ਫੰਕਸ਼ਨ 'ਚ ਜਾਂਦੇ ਹੋ, ਕੋਈ ਸਰਕਾਰੀ ਫੰਕਸ਼ਨ ਹੈ, ਪ੍ਰਾਈਮ ਮਿਨਿਸਟਰ ਸ਼ਪਥ ਲੈ ਰਿਹਾ, ਉੱਥੇ ਇੱਕ ਸਾਰੇ ਗੈਸਟ ਦਾ ਪ੍ਰੋਟੋਕੋਲ ਹੁੰਦਾ। ਹੁਣ ਉੱਥੇ ਉਹਨਾਂ ਨੂੰ ਕਿੱਥੇ ਬਿਠਾਉਣਾ ਹੈ, ਚੇਅਰ ਦੇ ਨਾਲ ਉਹਦੇ ਲੈਫਟ ਜਾਂ ਰਾਈਟ 'ਚ ਕੌਣ ਬੈਠੇਗਾ, ਹੀ ਇਜ਼ ਨੋਟ ਅਵੇਅਰ ਆਫ ਇਟ। ਔਰ ਇਹ ਵੀ ਹੈ ਕਿ ਨਵਜੋਤ ਸਿੰਘ ਸਿੱਧੂ ਸਾਰੇ ਨੇਤਾਵਾਂ ਨੂੰ, ਸਾਰੇ ਲੀਡਰਸ ਨੂੰ ਬਾਈ ਸ਼ਕਲ 'ਤੇ ਪਹਿਚਾਣ ਨਹੀਂ ਸਕਦੇ। ਉਹ ਜਿਹੜਾ ਪਾਕ ਆਕੂਪਾਈਡ ਕਸ਼ਮੀਰ ਦਾ ਬੈਠੇ ਨੇਤਾ ਨਾਲ, ਉਹਦੇ ਨਾਲ ਉਹਦੇ 'ਤੇ ਵੀ ਸਵਾਲ ਹੋਏ ਕਿ ਤੁਸੀਂ ਉਹਦੇ ਨਾਲ ਕੁਰਸੀ ਸਾਂਝੀ ਕਿਉਂ ਕੀਤੀ। ਹੀ ਵੁੱਡ ਨੋਟ ਹੈਵ ਸੈਡ ਐਟ ਦੈਟ ਫੰਕਸ਼ਨ ਕਿ ਜੀ ਮੇਰੀ ਕੁਰਸੀ ਚੇਂਜ ਕਰੋ, ਆਈ ਵਿਲ ਸਿਟ ਦੇਅਰ। ਹੀ ਵਾਜ਼ ਸਿਟਿੰਗ ਸਮਵੇਅਰ, ਦੈਨ ਹੀ ਵਾਜ਼ ਟੋਲਡ ਟੂ ਗੋ ਦੇਅਰ। ਦੂਸਰਾ ਇਹੀ ਸਵਾਲ ਹੈ ਕਿ ਪਾਕ ਆਰਮੀ ਚੀਫ ਨੂੰ ਜਿਹੜੀ ਜੱਫੀ ਪਾਈ ਹੈ ਉਹਦੇ ਨਾਲ ਕੀ ਹੈ ਕਿ ਇਟਸ ਮੈਟਰ ਆਫ ਇਮੋਸ਼ਨਸ। ਹੁਣ ਜਿਹੜੇ ਲੋਕਾਂ ਨੇ ਰਿਐਕਟ ਕੀਤਾ, ਬਿਹਾਰ 'ਚ ਲੋਕਾਂ ਨੇ ਰਿਐਕਟ ਕਰਤਾ, ਉਹਦੇ 'ਚ ਕੇਸ ਪਾ ਦਿੱਤਾ, ਇਟਸ ਅ ਮੈਟਰ ਆਫ ਇਮੋਸ਼ਨ। ਲੋਕ ਕਹਿੰਦੇ ਸਾਡੇ ਫੌਜੀ ਉਹ ਮਾਰਦੇ ਨੇ, ਪਾਕ ਜਿਹੜਾ ਜਨਰਲ ਬਾਜਵਾ ਹੀ ਇਜ਼ ਡਾਇਰੈਕਟ ਰਿਸਪੋਂਸੀਬਲ, ਹੀ ਗਿਵਸ ਆਰਡਰ ਟੂ ਦੀ ਪਾਕ ਆਰਮੀ। ਬਟ ਮੀਡੀਆ ਰਿਪੋਰਟ ਸੇਜ਼ ਦੈਟ ਕਿ ਇਟ ਇਜ਼ ਮਾਈ ਇਮੋਸ਼ਨਸ, ਸਿੱਧੂ ਦੇ ਜਿਹੜੇ ਇਮੋਸ਼ਨਸ ਬਾਹਰ ਆ ਰਹੇ ਨੇ, ਕਿ ਉਹਨਾਂ ਨੂੰ ਲੱਗਦਾ ਕਿ ਉਹਨਾਂ ਨੇ ਜਦ ਕਰਤਾਰਪੁਰ ਕੋਰੀਡੋਰ ਦੀ ਗੱਲ ਕੀਤੀ ਤਾਂ ਆਰਮੀ ਚੀਫ ਨੇ ਉਹਨਾਂ ਨੂੰ ਆਸ਼ਵਾਸਨ ਦਿੱਤਾ ਕਿ ਅਸੀਂ ਕਰਤਾਰਪੁਰ ਕੋਰੀਡੋਰ ਆ ਜਿਹੜਾ ਉਹ ਖੋਲ੍ਹ ਦੇਵਾਂਗੇ। ਔਰ ਜਿਹੜੀ ਤਜਵੀਜ਼ ਰੱਖੀ ਜਾ ਰਹੀ ਸੀ ਕਿ ਭਾਰਤ ਵੱਲੋਂ ਵੀ, ਭਾਰਤ ਦੇ ਵਿੱਚ ਵਸਦੇ ਕਈ ਔਰਗਨਾਈਜੇਸ਼ਨਸ ਵੱਲੋਂ, ਉਹ ਉਹਨਾਂ ਨੂੰ ਲੱਗਿਆ ਕਿ ਇਹ ਗੱਲ ਵਾਕਈ ਹੋ ਸਕਦੀ ਹੈ, ਕਿਉਂਕਿ ਇਮਰਾਨ ਖਾਨ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਸੀਗਾ ਕਿ ਅਗਰ ਤੁਸੀਂ ਇੱਕ ਕਦਮ ਰੱਖੋਗੇ ਤਾਂ ਅਸੀਂ ਦੋ ਕਦਮ ਸਾਹਮਣੇ ਰੱਖਾਂਗੇ। ਦੇਖੋ, ਇੱਕ ਗੁੱਡਵਿਲ ਜੈਸਚਰ ਸੀਗਾ ਨਵਜੋਤ ਸਿੰਘ ਸਿੱਧੂ ਦਾ ਉੱਥੇ ਜਾਣਾ, ਇਟਸ ਨੋਟ ਅ ਬਿਗ ਡੀਲ। ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਸ਼ਪਥ ਲਈ ਸੀ ਤਾਂ ਨਵਾਜ਼ ਸ਼ਰੀਫ ਵੀ ਇੱਥੇ ਆਏ ਸੀਗੇ। ਹੁਣ ਇੱਕ ਇਹ ਚੀਜ਼ ਹੈ ਕਿ ਜਦੋਂ ਕ੍ਰਿਟੀਸਾਈਜ਼ ਬੀਜੇਪੀ ਕਰਦੀ ਹੈ, ਬੀਜੇਪੀ ਵਾਲੇ ਹੁਣ ਜਦ ਨਰਿੰਦਰ ਮੋਦੀ ਬਿਨਾਂ ਇਨਵੀਟੇਸ਼ਨ ਦੇ ਜਾ ਕੇ ਲਾਹੌਰ ਉਤਰ ਕੇ ਜਾ ਕੇ ਮਿਲ ਕੇ ਆ ਜਾਂਦੇ ਨੇ, ਦੈਨ ਬੀਜੇਪੀ ਕਾਲਸ ਇਟ ਮਾਸਟਰ ਸਟ੍ਰੋਕ ਕਿ ਹੁਣ ਇਹ ਕਾਂਗਰਸ ਨੇ ਕਰ ਦਿੱਤਾ ਤੇ ਨੌਦੇਵ ਸਿੰਘ ਤੇ ਸਿੱਧੂ ਨੇ ਐਮਬੈਰਸਿੰਗ ਪੋਜੀਸ਼ਨ 'ਚ ਪਾ ਦਿੱਤਾ। ਔਰ ਦੂਸਰੀ ਇਹ ਚੀਜ਼ ਹੈ ਕਿ ਅੱਜ ਜਿਸ ਤਰ੍ਹਾਂ ਸ਼ਿਵ ਸੈਨਾ ਹੈ, ਬਾਕੀ ਸਾਰੇ ਲੋਕਾਂ ਨੇ ਇਹਨੂੰ ਹੱਥੋਂ ਹੱਥ ਚੱਕ ਲਿਆ। ਸ਼ਿਵ ਸੈਨਾ ਦਾ ਇੱਕ ਪੇਪਰ ਹੈ ਸਾਹਮਣਾ, ਉਹਦੇ ਐਡੀਟੋਰੀਅਲ ਦੇ ਵਿੱਚ ਵੀ ਉਹਨਾਂ ਨੇ ਕ੍ਰਿਟੀਸਾਈਜ਼ ਕੀਤਾ। ਉਹਨਾਂ ਨੇ ਕਿਹਾ ਇਹਨੂੰ ਦੇਸ਼ ਧਰੋਹੀ ਕਰਾਰ ਦਿਓ, ਇਹਨੂੰ ਜੱਫੀ ਨਹੀਂ ਪਾਣੀ ਚਾਹੀਦੀ ਸੀਗੀ, ਔਰ ਆਲ ਦੀਸ ਥਿੰਗਸ ਦੇ ਹੈਵ ਰਿਟਨ ਅਬਾਊਟ ਇਟ। ਬਟ ਹੁਣ ਇਹ ਇੱਕ ਸਵਾਲ ਜਿਹੜਾ ਹੁਣ ਇਹਨੂੰ ਲੈ ਕੇ ਸਿਆਸਤ ਹੋ ਰਹੀ ਹੈ ਕਿ ਬੀਜੇਪੀ ਵਾਲੇ ਕਰਨ ਤੇ ਮਾਸਟਰ ਸਟ੍ਰੋਕ, ਕਾਂਗਰਸ ਦਾ ਕੋਈ ਨੇਤਾ ਜਾ ਕੇ ਕਰੇ ਤੇ ਤੁਸੀਂ ਉਹਦੇ ਤੇ ਕਿੰਤੂ ਪਰੰਤੂ ਕਰੋ। ਮੇਰੇ ਨਾਲ ਕਾਲਰਸ ਵੀ ਕਾਫੀ ਸਾਰੇ ਜੁੜੇ ਹੋਏ ਨੇ ਇਸ ਟਾਈਮ ਫੋਨ ਲਾਈਨ ਦੇ ਉੱਤੇ, ਕਾਲਸ ਵੀ ਲੈ ਲਈਏ। ਸਾਡੇ ਦਰਸ਼ਕ ਜੋ ਕਿ ਸਾਡੇ ਇਸ ਸ਼ੋਅ ਦੀ ਬੈਕਬੋਨ ਨੇ, ਉਹਨਾਂ ਦੇ ਵੀ ਤਰਕ ਜਾਣ ਲਈ, ਉਹਨਾਂ ਦੇ ਵੀ ਸੁਜੈਸ਼ਨਸ, ਉਹਨਾਂ ਦੇ ਵੀ ਕੰਕਲੂਜਨ ਜੋ ਆ ਜੋ ਕੱਢਣਾ ਚਾਹੁੰਦੇ ਨੇ ਉਹ ਵੀ ਆਪਾਂ ਪੁੱਛ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਰਕ੍ਰਿਸ਼ਨ ਸਿੰਘ, ਤੁਹਾਨੂੰ ਤੇ ਸ਼ਰਮਾ ਜੀ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਗੁਰਦੇਵ ਸਿੰਘ ਭੋਗਲ ਯੂਕੇ ਤੋਂ ਬੋਲ ਰਿਹਾ। ਸਤਿ ਸ਼੍ਰੀ ਅਕਾਲ ਭੋਗਲ ਜੀ, ਸਤਿ ਸ਼੍ਰੀ ਅਕਾਲ, ਠੀਕ ਹੋ ਜੀ? ਚੜ੍ਹਦੀ ਕਲਾ ਦੋਵਾਂ ਨੇ ਤੁਹਾਡੀਆਂ ਜੀ ਜੀ ਜੀ। ਆਪਣੇ ਹਰਕ੍ਰਿਸ਼ਨ ਸਿੰਘ ਜਿਹੜਾ ਵਿਸ਼ਾ ਰੱਖਿਆ ਨਾ ਜੀ,
ਹੁੰਦਾ ਹੀ ਆ ਨਾ ਜੀ, ਬਾਹਰ ਲੋਕੀ ਗੱਲਾਂ ਕਰਦੇ ਹੀ ਆ ਨਾ ਵੀ ਆਲੂਵਾਲ ਸਾਹਿਬ ਦਾ ਪ੍ਰੋਗਰਾਮ ਬਹੁਤ ਵਧੀਆ ਜੀ ਜੀ ਜੀ। ਤੇ ਮੈਂ ਆਸ ਕਰਦਾ ਵੀ ਜਦੋਂ ਜਿੱਦਾਂ ਪਿਛਲੇ ਹਫ਼ਤੇ ਇੱਕ ਪ੍ਰੋਗਰਾਮ ਸੀਗਾ ਫਰਾਈਡੇ ਮੈਨੂੰ ਲੱਗਦਾ, ਤੇ ਸਾਰਿਆਂ ਨੇ ਤੁਸੀਂ ਬੜਾ ਟਾਈਮ ਦਿੱਤਾ ਭਈ ਤੁਸੀਂ ਸਵਾਲ ਕਰੋ ਜਿਹੜਾ ਕਰਨਾ, ਤੇ ਉਹਦੇ ਵਿੱਚ ਤੁਹਾਨੂੰ ਯਾਦ ਹੋਏਗਾ ਸਰਦਾਰ ਬਲਿਹਾਰ ਸਿੰਘ ਰੰਧਾਵਾ ਜੀ ਆਏ ਸੀਗੇ ਜੀ ਜੀ ਜੀ, ਉਹਨਾਂ ਦਾ ਉਹਨੇ ਅਜੇ ਸਵਾਲ ਨਹੀਂ ਸੀ ਕਰਦਾ ਤੇ ਪਹਿਲਾਂ ਹੀ ਲਾਈਨ ਕੱਟ ਹੋ ਗਈ, ਤੇ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਬੜੇ ਪਿਆਰ ਦੇ ਨਾਲ ਬੜੇ ਸਤਿਕਾਰ ਦੇ ਨਾਲ ਵੀ ਇਸ ਤਰ੍ਹਾਂ ਨਾ ਕਰਿਆ ਕਰੋ, ਬਲਿਹਾਰ ਸਿੰਘ ਰੰਧਾਵਾ ਦੀ ਇੱਕ ਇੱਕ ਲਾਈਨ ਇੱਕ ਇੱਕ ਪੰਕਤੀ ਦੇ ਵਿੱਚ ਪੂਰੀ ਪੂਰੀ ਕਿਤਾਬ ਜਿੰਨੀ ਜਾਣਕਾਰੀ ਹੁੰਦੀ ਆ ਜੀ 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 ਜੀ, ਕਿਉਂਕਿ ਉਹ ਵਿਦਵਾਨ ਸੱਜਣ ਨੇ। ਭੋਗਲ ਜੀ ਮੈਂ ਇੱਥੇ ਇੱਕ ਚੀਜ਼ ਜ਼ਰੂਰ ਕਲੀਅਰ ਕਰਨਾ ਚਾਹੁੰਦਾ ਤੁਹਾਨੂੰ ਵੀ ਅਤੇ ਮੇਰੇ ਹੋਰ ਵੀ ਦਰਸ਼ਕਾਂ ਨੂੰ, ਅਗਰ ਅਸੀਂ ਜਿਹੜਾ ਮੁੱਦਾ ਲੈ ਕੇ ਆਉਂਦੇ ਹਾਂ ਅਗਰ ਉਹ ਮੁੱਦੇ ਤੋਂ ਕੋਈ ਆਊਟ ਆਫ ਟੋਪਿਕ ਗੱਲ ਚਲੀ ਜਾਂਦੀ ਹੈ ਤਾਂ ਸਾਨੂੰ ਮਜਬੂਰਨ ਫੋਨ ਕੱਟਣਾ ਪੈਂਦਾ, ਔਰ ਜਦ ਕਿਸੇ ਦੇ ਉੱਤੇ ਨਿੱਜੀ ਅਟੈਕ ਹੋ ਜਾਂਦਾ ਤਾਂ ਵੀ ਸਾਨੂੰ ਫੋਨ ਕੱਟਣਾ ਪੈਂਦਾ ਕਿਉਂਕਿ ਅਸੀਂ ਨਿੱਜੀ ਅਟੈਕ ਕਿਸੇ ਦੇ ਉੱਤੇ ਨਹੀਂ ਕਰ ਸਕਦੇ, ਔਰ ਅਗਰ ਆਪਾਂ ਕਿਸੇ ਨੂੰ ਅਬਿਊਜ਼ ਕਰ ਰਹੇ ਹਾਂ ਤਾਂ ਵੀ ਸਾਨੂੰ ਫੋਨ ਕੱਟਣਾ ਪੈਂਦਾ, ਔਰ ਅਗਰ ਸਵਾਲ ਜਿਹੜਾ ਉਹ ਮੁੱਦੇ ਦੇ ਨਾਲ ਰਿਲੇਟਡ ਨਹੀਂ ਹੈਗਾ ਤਾਂ ਤਾਂ ਵੀ ਸਾਨੂੰ ਫੋਨ ਕੱਟਣਾ ਪੈਂਦਾ, ਤਾਂ ਮਜਬੂਰੀ ਸਾਡੀ ਉਸ ਟਾਈਮ ਬਣ ਜਾਂਦੀ ਹੈ ਕਿ ਅਸੀਂ ਫੋਨ ਕੱਟਦੇ ਹਾਂ। ਲੇਕਿਨ ਅੱਜ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਫੋਨ ਕਰਦੇ ਹੋਏ ਨੇ, ਜਦ ਤੁਸੀਂ ਮੁੱਦੇ ਦੇ ਰਿਲੇਟਡ ਮੁੱਦੇ ਦੇ ਨਾਲ ਸੰਬੰਧਿਤ ਗੱਲ ਕਰਦੇ ਹੋ ਤਾਂ ਅਸੀਂ ਅੱਜ ਤੱਕ ਤੁਹਾਡਾ ਫੋਨ ਕਦੀ ਨਹੀਂ ਕੱਟਿਆ, ਔਰ ਨਾ ਹੀ ਅਸੀਂ ਉਹਨਾਂ ਕਾਲਰਸ ਦਾ ਕੱਟਿਆ ਜੋ ਕਿ ਮੁੱਦੇ ਦੇ ਨਾਲ ਸੰਬੰਧਿਤ ਆਪਣੀ ਗੱਲ ਕਰਦੇ ਹਨ ਜੀ। ਬੋਲੋ ਬਿਲਕੁਲ ਮੁੱਦੇ ਦੇ ਨਾਲ, ਚਲੋ ਮੈਂ ਬੇਨਤੀ ਕਰਨੀ ਸੀ ਕਰ ਦਿੱਤੀ ਆ ਜੀ ਜੀ, ਤੇ ਬਾਕੀ ਆ ਜਿਹੜਾ ਮੁੱਦਾ ਰੱਖਿਆ ਨਾ ਅੱਜ ਆਪਣੇ ਆਲੂ ਵਾਲੇ ਸਾਹਿਬ ਜੀ ਜੀ, ਇਹਨੂੰ ਆਪਾਂ ਪੰਜਾਬੀ ਚ ਇੱਦਾਂ ਵੀ ਕਹਿ ਲਈਦਾ ਆ ਵੀ ਇਹ ਰਾਈ ਤੋਂ ਪਹਾੜ ਬਣਾਉਣ ਵਾਲੀ ਗੱਲ ਵਾ ਜੀ ਜੀ, ਉੱਥੇ ਜਿਹੜੀ ਉੱਥੇ ਦੀ ਜਿਹੜੀ ਸਿਆਸਤ ਆ ਉਹ ਸਿਆਸਤ ਨਹੀਂ, ਮੈਂ ਤੁਹਾਡੇ ਪ੍ਰੋਗਰਾਮ ਚ ਕਿੰਨੀ ਵਾਰੀ ਕਹਿ ਚੁੱਕਾ ਬੜੀ ਗੰਦਲੀ ਤੇ ਗੰਦੀ ਸਿਆਸਤ ਆ ਉੱਥੇ ਦੇ, ਜਿਸਕੀ ਲਾਠੀ ਉਸਕੀ ਭੈਂਸ ਜੀ ਜੀ, ਆਪਣਾ ਆਪਣਾ ਕੋਈ ਬੰਦਾ ਕੁਝ ਆਪਣਾ ਕੋਈ ਬੰਦਾ ਆਪਣੀ ਪਾਰਟੀ ਦਾ ਬੰਦਾ ਕੋਈ ਕੁਝ ਕਰੇ ਤੇ ਉਹ ਦੇਸ਼ ਭਗਤ ਹੋ ਜਾਂਦਾ, ਦੂਸਰੀ ਪਾਰਟੀ ਵਾਲਾ ਕਰੇ ਤੇ ਉਹ ਦੇਸ਼ ਧਰੋਹੀ ਹੋ ਜਾਂਦਾ ਜੀ, ਤੁਹਾਨੂੰ ਪਤਾ ਹੀ ਆ, ਸ਼ਰਮਾ ਜੀ ਨੂੰ ਵੀ ਪਤਾ ਹੀ ਆ ਜੀ ਜੀ ਜੀ। ਤੇ ਮੈਂ ਬਹੁਤਾ ਤੁਹਾਡਾ ਸਮਾਂ ਨਹੀਂ ਲੈਣਾ ਤੇ ਮੈਂ ਦੋ ਚਾਰ ਲਾਈਨਾਂ ਚ ਸਾਰਾ ਕੁਝ ਕਹਿ ਜਾਣਾ ਤੁਹਾਨੂੰ ਪਤਾ, ਤੇ ਮੈਂ ਕਿਉਂਕਿ ਜਿਹੜਾ ਕਵੀ ਉਹਨਾਂ ਕਵਿਤਾ ਚ ਗੱਲ ਕਰ ਜਾਣੀ ਆ, ਬਿਲਕੁਲ ਪੰਜ ਸੱਤ ਲਾਈਨਾਂ ਨੇ, ਬਹੁਤਾ ਲੰਮਾ ਨਹੀਂ ਮੇਰਾ ਹੁੰਦਾ ਤੁਹਾਨੂੰ ਪਤਾ ਆ, ਚਲੋ ਪੰਜ ਸੱਤ ਲਾਈਨਾਂ ਦੇ ਵਿੱਚ ਕੰਪਲੀਟ ਕਰੋ ਜੀ, ਬਿਲਕੁਲ ਬਿਲਕੁਲ ਮੇਰੀ ਕੋਈ ਕਵਿਤਾ ਲੰਮੀ ਨਹੀਂ ਹੁੰਦੀ, ਲੰਮੀਆਂ ਸੁਣਾਵਾਂਗੇ ਤੁਹਾਨੂੰ ਕਦੇ ਫਿਰ ਵਿਹਲੇ ਬੈਠ ਕੇ ਜਦੋਂ ਤੁਸੀਂ ਇੱਥੇ ਆਓਗੇ ਜੀ 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 ਜੀ। ਲਿਖਿਆ ਲਿਖਿਆ ਇਹ ਅੱਜ ਦੇ ਮੁੱਦੇ ਨਾਲ ਰਿਲੇਟਡ ਆ, ਤੁਸੀਂ ਇੱਕ ਇੱਕ ਲਾਈਨ ਦੱਸੋ, ਇੱਕ ਇੱਕ ਲਾਈਨ ਸੁਣਦੇ ਜਾਇਓ ਜੀ। ਲਿਖਿਆ ਵੀ ਕਿਹਨਾਂ ਸ਼ਬਦਾਂ ਨਾਲ ਲੀਡਰਾਂ ਨੂੰ ਯਾਦ ਕਰੀਏ ਜੀ, ਕਿਹਨਾਂ ਸ਼ਬਦਾਂ ਨਾਲ ਲੀਡਰਾਂ ਨੂੰ ਯਾਦ ਕਰੀਏ, ਇਹ ਦੈਵੀ ਗੁਣਾਂ ਤੋਂ ਦੂਰੀ ਬਣਾਈ ਰੱਖਦੇ, ਓਏ ਮਸਲੇ ਸੁਲਝਾਉਣ ਦੀ ਘੱਟ ਹੀ ਗੱਲ ਹੁੰਦੀ, ਸਗੋਂ ਉਹਨਾਂ ਵਿੱਚ ਹੀ ਲੋਕਾਂ ਉਲਝਾਈ ਰੱਖਦੇ ਜੀ, ਠੀਕ ਆ ਨਾ ਜੀ ਜੀ। ਬਈ ਦੋਖੀਆਂ ਨਾਲ ਵੀ ਘਿਓ ਖਿਚੜੀ ਹੋਏ ਰਹਿੰਦੇ ਜੀ, ਦੋਖੀਆਂ ਨਾਲ ਵੀ ਘਿਓ ਖਿਚੜੀ ਹੋਏ ਰਹਿੰਦੇ, ਤਾਂਹੀਓ ਸਿਰ ਤੇ ਉਹਨਾਂ ਮਿਠਾਈ ਰੱਖਦੇ, ਜਿਹੜੇ ਜੂਝਦੇ ਆਪਣੇ ਧਰਮ ਖਾਤਰ, ਫਤਵਾ ਗੱਦਾਰਾਂ ਦਾ ਉਹਨਾਂ ਤੇ ਲਾਈ ਰੱਖਦੇ ਯਾਰੋ, ਫਤਵਾ ਗੱਦਾਰਾਂ ਦਾ ਉਹਨਾਂ ਤੇ ਲਾਈ ਰੱਖਦੇ। ਇੱਕ ਅਗਲਾ ਬੰਦ ਆ ਜੀ, ਉਹ ਤੋਂ ਬਾਅਦ ਖਿਮਾ ਜੀ, ਲਿਖਿਆ ਵੀ ਬੇਸ਼ੱਕ ਰਸਮੀ ਤੌਰ ਤੇ ਪੌਣ ਜੱਫੀਆਂ, ਜਿਹੜਾ ਆਪਣਾ ਵਿਸ਼ਾ ਅੱਜ ਜੀ, ਬੇਸ਼ੱਕ ਰਸਮੀ ਤੌਰ ਤੇ ਪੌਣ ਜੱਫੀਆਂ, ਪਰ ਅੰਦਰੋਂ ਅੰਦਰੀ ਨਵੀਆਂ ਭਾਜੀਆਂ ਪਾਈ ਰੱਖਦੇ, ਓਏ ਅੱਖ ਨਾਲ ਨਾ ਮੇਰੇ ਅੱਖ ਪਾਵੇਂ, ਤਾਂ ਵੀ ਗੁਲਦਸਤੇ ਫੁੱਲਾਂ ਦੇ ਹੱਥ ਫੜਾਈ ਰੱਖਦੇ। ਹੁੰਦਾ ਨਾ ਦੇਖਿਆ, ਮੋਦੀ ਸਾਹਿਬ ਨੇ ਦੇਖਿਆ ਹੀ ਆ ਨਾ ਲੋਕਾਂ ਨੇ ਜਾ ਕੇ, ਬੇਸ਼ੱਕ ਰਸਮੀ ਤੌਰ ਤੇ ਪੌਣ ਜੱਫੀਆਂ, ਪਰ ਅੰਦਰੋਂ ਅੰਦਰੀ ਨਵੀਆਂ ਭਾਜੀਆਂ ਪਾਈ ਰੱਖਦੇ, ਓਏ ਅੱਖ ਨਾਲ ਨਾ ਮੇਰੇ ਅੱਖ ਪਾਵੇਂ, ਤਾਂ ਵੀ ਗੁਲਦਸਤੇ ਫੁੱਲਾਂ ਦੇ ਹੱਥ ਫੜਾਈ ਰੱਖਦੇ, ਓਏ ਉਪਰੇ ਦਿਲੋਂ ਹੀ ਤੋਹਫੇ ਭੇਟ ਕਰਦੇ, ਉਪਰੇ ਦਿਲੋਂ ਹੀ ਤੋਹਫੇ ਭੇਟ ਕਰਦੇ, ਤੋਹਫਿਆਂ ਪਿੱਛੇ ਵੀ ਭੇਦ ਛੁਪਾਈ ਰੱਖਦੇ, ਓਏ ਭਾਵੇਂ ਹਾਸਾ ਸਕੇ ਹੁੰਦੇ ਬਗਲਗੀਰ ਭੋਗਲ, ਪਰ ਹਾਸਿਆਂ ਪਿੱਛੇ ਵੀ ਹਾਦਸੇ ਲੁਕਾਈ ਰੱਖਦੇ, ਓਏ ਭਾਵੇਂ ਹੱਸ ਹੱਸ ਕੇ ਬਗਲਗੀਰ ਹੋਣ ਭੋਗਲ, ਪਰ ਹਾਸਿਆਂ ਪਿੱਛੇ ਵੀ ਹਾਦਸੇ ਲੁਕਾਈ ਰੱਖਦੇ ਯਾਰੋ, ਹਾਦਸੇ ਹਾਸਿਆਂ ਪਿੱਛੇ ਵੀ ਹਾਦਸੇ ਲੁਕਾਈ ਰੱਖਦੇ। ਬਹੁਤ ਬਹੁਤ ਧੰਨਵਾਦ ਭੋਗਲ ਜੀ, ਇਹ ਤਾਂ ਇੱਦਾਂ ਹੀ ਕਰਦੇ ਨੇ ਨਾ ਇਹ ਸਾਰੇ ਸਿਆਸੀ ਲੋਕ ਜੀ 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 ਜੀ। ਫਿਲਹਾਲ ਮੈਂ ਇੱਕ ਨਿੱਕੇ ਜਿਹੇ ਵਕਫੇ ਲਈ ਰੁਕ ਰਿਹਾ, ਵਕਫੇ ਤੋਂ ਬਾਅਦ ਮੈਂ ਵੇਖ ਪਾ ਰਿਹਾ ਕਾਫੀ ਸਾਰੀ ਕਾਲਸ ਆ ਰਹੀ ਹੈ, ਲੇਕਿਨ ਲਵਾਂਗਾ ਤੁਹਾਡੀ ਕਾਲਸ ਇਸ ਬ੍ਰੇਕ ਤੋਂ ਉਸ ਪਾਰ।